بسم الله الرحمن الرحيم السلام عليكم احمد خان صاحب امید کرنا تسا ٹھیک ٹھاک ہو گے بھائی یار صبح دے بعد کہ 10 منا تو کہ تیار ہو گیا کیونکہ اج ساڈے پنڈے میلا دنوں کا آتا ہے ایک بار آ کے پھر چلا جاتا ہے میلا میلیاں دا تیاراں بیلیاں دا چیک کرو ماشاءاللہ پنگوڑے بھی لگ گئے نے دکاناں بھی آ گئے نے سموسیاں والیاں میسو والیاں مطلب فل ماحول بنیا پیا ہے ਅਜਰ ਪੰਗੂੜੇ ਲੱਗੇ ਨਾ ਆ ਸਾਰੇ ਸਾਡੇ ਪਿੰਡ ਦੇ ਵਿੱਚ ਚੰਗੇ ਰਹਿੰਦੇ ਨੇ ਉਹਨਾਂ ਦੇ ਨੇ ਤੇ ਆ ਬਾਹਰ ਵਾਲੇ ਬੰਦੇ ਨੂੰ ਆਉਣ ਨਹੀਂ ਦਿੰਦੇ ਤੇ ਆਸ ਵਾਰ ਤੋਂ ਜਾਣਾ ਸਾਡੇ ਪਿੰਡ ਥੋੜੇ ਪੰਗੂੜੇ ਲੱਗਦੇ ਨਹੀਂ ਤਾਂ ਪਹਿਲਾਂ ਜਦੋਂ ਆਉਂਦੇ ਹੁੰਦੇ ਹਨ ਨਾ ਉਹ ਤੋਂ ਇੰਨੇ ਕੋ ਪੰਗੂੜੇ ਹੋ ਜਾਂਦੇ ਹਨ ਕਿ ਛੱਡ ਗੱਲਾਂ ਦੋ ਇਹ ਜਿਹੜਾ ਫਿਰ ਬਾਹਰ ਦੇ ਬੰਦੇ ਨੂੰ ਪੰਗੂੜੇ ਲਾ ਦਿੰਦੇ ਕਹਿੰਦੇ ਨੇ ਸਾਡੇ ਪਿੰਡ ਦੇ ਨੇ ਅਸੀਂ ਇੱਥੇ ਆਪ ਹੀ ਲਾਣੇ ਤੇ ਆਸ ਵਾਰ ਤੋਂ ਫਿਰ ਥੋੜੇ ਪੰਗੂੜੇ ਨੇ ਨਾਲੇ ਮੈਂ ਜਨਾ ਤਾਂ ਤੇ ਕਮੈਂਟ 'ਚ ਪਲੀਜ਼ ਮੁਬਾਰਕਬਾਦ ਲਿਖ ਦਿਓ ਸ਼ੁਕਰੀਆ ਤੇ ਫਿਲਹਾਲ ਜ਼ਰਾ ਮੈਂ ਨਾ ਤੋ ਰੈਡੀ ਹੋ ਗਿਆ ਤੇ ਹੁਣ ਚੱਲਦੇ ਹਾਂ ਤੁਹਾਨੂੰ ਜਾ ਕੇ ਮੇਲਾ ਵਹਾਨਾ ਵਾ ਤੇ ਉਸ ਤੋਂ ਇਲਾਵਾ ਅਸੀਂ ਇੱਕ ਪ੍ਰੈਂਕ ਸੋਚਿਆ ਯਾਰ ਪ੍ਰੈਂਕ ਆ ਸੋਚਿਆ ਕਿ ਯਾਰ ਬਿੱਲੀ ਜਿਹੜਾ ਨਾ ਬੁਰਖਾ ਪਾਵਾਂਗੇ ਕੁੜੀਆਂ ਵਾਂਗ ਬਣ ਕੇ ਨਾ ਬੁਰਖੇ ਸੁਟਕੇ ਪਾ ਕੇ ਜਾ ਕੇ ਜਰਾ ਝੂਟੇ ਲਾਣਗੇ ਨਾਲ ਆਸਰਾ ਤੰਗ ਕਰਾਂਗੇ ਸਾਰਿਆਂ ਨੂੰ ਵੇਹਨੇ ਫਿਰ ਕੀ ਬਣਦਾ ਉਹ ਇਨਸ਼ਾਅੱਲਾ ਲੋਡੇ ਵਾਲੇ ਪ੍ਰੈਂਕ ਵੀਡੀਓ ਬਣਾਵਾਂਗੇ ਤੁਸੀਂ ਜ਼ਰੂਰ ਵੇਖੋ ਜਿਹਨੇ ਵੀ ਵੇਖਣੀ ਹੈ ਸਾਡੇ ਚੈਨਲ 'ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਨੋਟੀਫਿਕੇਸ਼ਨ 10 ਵਜੇ ਤੁਸੀਂ ਉਹ ਵੇਖ ਸਕੋ ਤੇ ਫਿਲਹਾਲ ਜਿਹੜਾ ਨਾ ਜਲਦੀ ਜਾ ਕੇ ਮੇਲਾ ਬਹਾਣਾ ਤੁਹਾਨੂੰ ਮੈਂ ਭਾਈ ਆ ਮਾਮੂ ਹੋਰਾਂ ਨੂੰ ਮੈਂ ਨਾਲ ਲੈ ਲਿਆ ਮਾਮੂ ਹੋਰਾਂ ਨੂੰ ਵੀ ਨਾਲ ਆ ਜੇ ਤੇ ਹੁਣ ਚੱਲੀਏ ਮੇਲੇ ਵੱਲ ਤੁਹਾਨੂੰ ਜਾ ਕੇ ਮੇਲਾ ਵਹਾ ਕੇ ਉਹਨਾਂ ਨਾਲ ਆਪੇ ਵੀ ਇੱਕ ਵਾਰ ਝਾਤੀ ਮਾਰ ਕੇ ਉਹਨੇ ਮੈਂ ਸਵੇਰ ਦਾ ਨਹੀਂ ਗਿਆ ਨਾਨ ਵਾਸਤੇ ਬਹਿ ਰਿਹਾ ਹਾਂ ਤੇ ਹੁਣ ਨਾ ਤਾਂ ਤੁਹਾਨੂੰ ਸਜਾ ਕੇ ਤੁਹਾਨੂੰ ਮੇਲਾ ਵਹਾਨਾ ਵਾ ਸਭ ਤੋਂ ਪਹਿਲਾਂ ਘਰੋਂ ਨਿਕਲ ਜਾਈਂ ਜਿਹੜਾ ਦੋ ਤਰ੍ਹਾਂ ਦੁਕਾਨਾਂ ਲੱਗੀਆਂ ਜੇ ਸਭ ਤੋਂ ਪਹਿਲਾਂ ਸੱਜਿਆ ਦੁਕਾਨ ਜੇ ਤਸਵੀਰਾਂ ਦੀ ਉਸ ਤੋਂ ਇਲਾਵਾ ਤੇਰੇ ਖੱਬਿਆ ਥਵਾਲ ਜਿਹੜਾ ਖਿਡੌਣੇ ਛਿਡੌਣੇ ਪੇਜ ਬੱਚਿਆਂ ਦੇ ਛੱਲੇ ਨਾਗ ਖਿਡੌਣੇ ਇੱਧਰ ਫਿਰ ਤਸਵੀਰਾਂ ਉਸ ਤੋਂ ਅੱਗੇ ਆ ਗਈ ਮੇਸੂਆਂ ਤੇ ਪਕੌੜਿਆਂ ਤੇ ਸਮੋਸਿਆਂ ਵਾਲੀ ਦੁਕਾਨ ਚਿੱਟੇ ਮੇਸੂ ਆਹ ਵੇਖੋ ਸਹੀ ਮੇਸੂ ਸਲਾਮ ਅਲੈਕਮ ਚਾਚਾ ਕੀ ਹਾਲ ਠੀਕ ਹੋ ਚੱਲ ਰਿਹਾ ਕੰਮ ਫੁੱਲ ਜ਼ੋਰਾਂ ਦੇ ਮਾਸ਼ਾਅੱਲਾ ਜੀ ਭਾਈ ਆ ਜਲੇਬੀਆਂ ਤੇ ਆਹ ਕੀ ਚਾਚਾ ਦੇਸੇ ਮਦਰਸੇ ਪਤਾ ਨਹੀਂ ਕੀ ਚਾਚਾ ਕਹਿੰਦੇ ਨੇ ਉਹ ਵੇ ਇੱਥੇ ਪਕੌੜੇ ਉਸ ਅਗਲੀ ਦੁਕਾਨ 'ਚ ਸਲਾਮ ਅਲੈਕਮ ਕੀ ਹਾਲ ਠੀਕ ਹੋ ਕਾਹ ਭਾਂ ਲਾਣ ਲੱਗੇ ਹੋ ਕਾਹਦਾ ਭਾਂ ਸਕੰਜਵੀ ਸਹੀ ਹੋ ਗਿਆ ਲਾਓ ਫਿਰ ਜ਼ਰਾ ਉਹ ਵੇਖਿਓ ਹੁਣ ਭਾਈ ਤੁਹਾਨੂੰ ਅੱਗੇ ਜਾ ਕੇ ਜ਼ਰਾ ਵਹਾਨਾ ਮੈਂ ਉਸ ਤੋਂ ਅੱਗੇ ਜ਼ਰਾ ਪੰਘੂੜਾ ਲੱਗਾ ਜਿੱਥੇ ਕਿ ਛਾਲਾ ਵਾਲਾ ਅੱਜ ਹੀ ਲੱਗਾ ਕੱਲ੍ਹ ਦਾ ਨਹੀਂ ਲੱਗਾ ਉਸ ਤੋਂ ਅੱਗੇ ਮਾਸ਼ਾਅੱਲਾ ਇੱਥੇ ਬੜੀ ਪਿਆਰੀ ਦੁਕਾਨ ਬਣੀ ਜੇ ਗੋਲ ਗੱਪਿਆਂ ਵਾਲੀ ਵਾਹ ਚੈੱਕ ਕਰੋ ਜ਼ਰਾ ਤੁਸੀਂ ਫੁੱਲ ਦੁਕਾਨ ਬਣੀ ਗੋਲ ਗੱਪਿਆਂ ਵਾਲੀ ਉਸ ਤੋਂ ਅੱਗੇ ਆ ਜ਼ਰਾ ਜੂਸ ਵਾਲੀ ਦੁਕਾਨ ਜੇ ਟਪਸੀ ਵਾਲੀ ਉਸ ਤੋਂ ਅੱਗੇ ਜ਼ਰਾ ਇੱਧਰ ਫਿਰ ਮੇਸੂ ਸਮੋਸੇ ਪਕੌੜੇ ਮਠਿਆਈ ਉਸ ਤੋਂ ਅੱਗੇ ਫਿਰ ਗੋਲ ਗੱਪੇ ਇੱਧਰ ਵੀ ਗੋਲ ਗੱਪੇ ਪੰਘੂੜੇ ਨਾਲ ਜਿਹੜਾ ਕੁਲਫੀਆਂ ਇੱਧਰ ਅੰਬਾਲਾ ਜੂਸ ਨਾਲ ਪੰਘੂੜੇ ਇੱਧਰ ਕਸ਼ਤੀ ਛਾਲਾਂ ਵਾਲੇ ਸਾਰੇ ਪੰਘੂੜੇ ਤੁਹਾਨੂੰ ਸਾਰਾ ਮੇਲਾ ਵਹਾਉਣਾ ਮੈਂ ਬਾਅਦ 'ਚ ਆਪ ਹੀ ਮੈਂ ਫਿਰਾਂਗਾ ਬਾਕੀ ਇੱਧਰ ਪੰਘੂੜੇ ਉਸ ਤੋਂ ਇਲਾਵਾ ਤੁਹਾਨੂੰ ਲੱਗ ਜਾ ਕੇ ਵਹਾਉਣਾ ਜ਼ਰਾ ਪੰਘੂੜਾ ਇਹ ਕਸਮਾਨੀ ਪੰਘੂੜਾ ਲੱਗਾ ਜੇ ਉਸ ਤੋਂ ਇਲਾਵਾ ਉਹ ਕਸ਼ਤੀ ਲੱਗੀ ਜੇ ਜਾਣੇ ਉੱਤੇ ਬਹਿ ਗਏ ਝੂਟਾ ਲੈਣ ਲੱਗੇ ਨੇ ਇੱਧਰ ਬਾਕੀ ਛਾਲਾਂ ਵਾਲੇ ਪੰਘੂੜੇ ਬਹੁਤੇ ਨੇ ਉਸ ਤੋਂ ਇਲਾਵਾ ਇੱਧਰ ਹਾਥੀ ਵਾਲਾ ਅਤੇ ਘੋੜੇ ਵਾਲਾ ਅਤੇ ਸ਼ੇਰ ਵਾਲਾ ਅਤੇ ਪਤਾ ਨਹੀਂ ਕਿਹੜਾ ਕਿਹੜਾ ਪੰਘੂੜਾ ਲੱਗਾ ਜੇ
ਇਧਰ ਵੀ ਕੁਝ ਸ਼ਰਬਤ ਲੱਗਣ ਡਿਆ ਅੱਜ ਬਈ ਇਧਰ ਨਾਰਾ ਨਾਲ ਸ਼ਰਬਤ ਲੱਗਣ ਡਿਆ ਉਸ ਤੋਂ ਅੱਗੇ ਚੱਲੀਏ ਨਾ ਮੁਰ ਓਏ ਉਸ ਤੋਂ ਅੱਗੇ ਤਾਂ ਫੇਰ ਪੰਗੂੜੇ ਆ ਜੀ ਆਏ ਜੇ ਤਾਜ਼ੇ ਤਾਜ਼ੇ ਫਰੈਸ਼ ਨਵੇਂ ਲੱਗੇ ਨੇ ਜੇ ਆਏ ਹਾਏ 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 ਜੇ ਮਨ ਆ ਜੀ ਦੇ ਲੱਗ ਲੱਗਾ ਇਧਰ ਭਾਈਆ ਗੇਮ ਚੱਲਣ ਡਈ ਜੇ ਕਰਿਆ ਨਹੀਂ ਗੇਮ ਨਾ ਘਰੇ ਭਾਈਆ ਸੁੱਟਣੇ ਪੈਂਦੇ ਨੇ ਜੇ ਉੱਤੇ ਆ ਗਿਆ 100 ਰੁਪਇਆ ਫਿਰ ਲੱਭੇਗਾ ਅਗਦਾ ਪੰਜ ਕਰੇ ਕਿੰਨੇ ਦੇ ਹਾਂ ਬਈ ਪੰਜ ਕਰੇ ਕਿੰਨੇ ਦੇ ਕਿੰਨੇ ਦੇ ਉਹ 50ਵਾਂ ਦੇ ਤੇ ਆ ਉਸ ਇਲਾਵਾ ਇੱਧਰ ਲੱਗੀ ਤੇਰਾ ਦੁਕਾਨ ਇੱਧਰ ਵੀ ਅੰਬਾਂ ਦਾ ਜੂਸ ਹੈ ਬਾਈ ਇੱਧਰ ਖਿਡੌਣੇ ਜੇ ਇੱਧਰ ਵੀ ਖਿਡੌਣੇ ਜੇ ਇੱਧਰ ਜਰਾ ਪਕੌੜੇ ਨਿਕਲਣ ਡੇ ਜੇ ਆ ਵੀ ਜਰਾ ਖਿਡੌਣੇ ਜੇ ਇੱਧਰ ਵੀ ਅੰਬਾਂ ਦਾ ਜੂਸ ਹੈ ਉਹ ਕਿੰਨੇ ਕੁ ਅੰਬਾਂ ਦੇ ਜੂਸ ਵਾਲੇ ਦੁਕਾਨਾਂ ਲੱਗ ਗਈਆਂ ਨੇ ਅਸਲਾਮ ਅਲੈਕੁਮ ਇੱਧਰ ਜਰਾ ਤਾਜ਼ੇ ਤੇ ਫਰੈਸ਼ ਮੈਸੂ ਨਿਕਲਣ ਡੇ ਜੇ ਮਾਸ਼ਾ ਅੱਲਾ ਲੈਣੇ ਨਹੀਂ ਹੋ ਜੀ ਵੇਖਣਾ ਹੈ ਮਾਸ਼ਾਅੱਲਾ ਜੀ ਕਟਾਈ ਹੋਣ ਦੀ ਫਿਰ ਹਾਜ਼ਰ ਅੱਜ ਸਜਾ ਕੇ ਲਾਣਗੇ ਚਾਚੂ ਹੋਰੀ ਕੱਟ ਕੇ ਨਾ ਇੱਧਰ ਜਲੇਬੀਆਂ ਸਲੇਬੀਆਂ ਫੁੱਲ ਦੁਕਾਨਾਂ ਚੱਲੇ ਚਾਚਾ ਜੀ ਕੀ ਹਾਲ ਠੀਕ ਹੋ ਆਹ ਸਾਡੇ ਚਾਚਾ ਜੀ ਹਰ ਸਾਲ ਆਉਂਦੇ ਨੇ ਬਈ ਇਹਨਾਂ ਦਾ ਮੈਨੂੰ ਪੱਕਾ ਪਤਾ ਲੱਗ ਗਿਆ ਹੁਣ ਇਹ ਵੀ ਜਿਹੜਾ ਪਕੌੜੇ ਕੱਢਣ ਡੇ ਜੇ ਗਰਮਾ ਗਰਮ ਉਸ ਤੋਂ ਅੱਗੇ ਇੱਧਰ ਮੈਸੂ ਜੇ ਇੱਧਰ ਵੀ ਮੈਸੂ ਜੇ ਸਮੋਸੇ ਮੈਸੂ ਇਹ ਕੀ ਇਹ ਮੈਂ ਖਿਆਲ ਹਜੇ ਕੁਝ ਜੂਸ ਲੱਗਣ ਲੱਗਾ ਜੀ ਇੱਧਰ ਜਲੇਬੀਆਂ ਨਿਕਲਣ ਡੀਆਂ ਤਾਜ਼ੀਆਂ ਤਾਜ਼ੀਆਂ ਫਰੈਸ਼ ਹਾਏ 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 ਉਸ ਤੋਂ ਅੱਗੇ ਹਾਂਜੀ ਕੁਛ ਨਹੀਂ ਹੁੰਦਾ ਲਾ ਖੈਰ ਕਰੇਗਾ ਬਾਕੀ ਇੱਧਰ ਜਿਹੜਾ ਦੁਕਾਨਾਂ ਸੱਜ ਰਹੀਆਂ ਨੇ ਇਸ ਵੇਲੇ ਦਾ ਟਾਈਮ ਹੈ ਨਾ 10 ਵਜੇ ਦਾ ਦੁਕਾਨਾਂ ਸੱਜ ਰਹੀਆਂ ਨੇ ਵੇਖਿਆ ਜੇ ਬੰਦੇ ਲਾਉਣ ਡੇ ਦੁਕਾਨਾਂ ਮੇਲਾ ਤਾਂ ਸ੍ਰੀ ਸ਼ੁਰੂ ਹੁੰਦਾ ਲੋਟੇ ਵਾਲੇ ਇੱਧਰ ਜਿਹੜਾ ਗੋਲਗੱਪੇ ਲੱਗੇ ਜੇ ਬਾਕੀ ਹੁਣ ਚੱਲ ਰਹੇ ਦਰਬਾਰ ਦੇ ਅੰਦਰ ਮੇਲਾ ਐਤਕੀ ਨਾ ਇੰਨਾ ਹੀ ਹੈ ਬਾਕੀ ਪੰਗੂੜੇ ਸ਼ੰਗੂੜੇ ਨੇ ਮੇਲਾ ਐਤਕੀ ਜਿਹੜਾ ਥੋੜ੍ਹਾ ਲੱਗਿਆ ਹੌਲੀ 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 ਆਉਣ ਡੀਆਂ ਨੇ ਦੁਕਾਨਾਂ ਤੁਹਾਨੂੰ ਲੋਟੇ ਵਾਲੇ ਫਿਰ ਵਹਾਵਾਂਗੇ ਇੱਕ ਵਾਰੀ ਨਾ ਜਦੋਂ ਉੱਪਰ ਖਾਸ ਕਪਾ ਕੇ ਆਵਾਂਗੇ ਅੱਜ ਪਰਾਂ ਜਾਵੇ ਭਾਈ ਆ ਇੱਧਰ ਦਰਬਾਰ ਦੇ ਅੰਦਰ ਢੋਲ ਵੱਜਣ ਡਿਆ ਲੋਕ ਭੰਗੜੇ ਪਾਉਣ ਡਏ ਨੇ ਇਹਦਾ ਲੰਗਰ ਪਾਣੀ ਚੱਲਣ ਡਿਆ ਅੱਜ ਬਾਈ ਮੇਰਾ ਯਾਰ ਵੀ ਮਿਲ ਪਿਆ ਵੀ ਇੱਥੇ ਯਾਰ ਠੀਕ ਹੈ ਭਾਈ ਆ ਤਾਂ ਜ਼ਿਆਦਾ ਲੰਗਰ ਪਾਣੀ ਚੱਲਣ ਡਿਆ ਤੁਹਾਨੂੰ ਮਵਾ ਨਜ਼ਰ ਆ ਆ ਜਾ ਤਨੂਰ ਜੇ ਚਾਹ ਰੋਟੀਆਂ ਛੋਟੀਆਂ ਲਾ ਕੇ ਸਾਰੇ ਜਣੇ ਲੰਗਰ ਪਾਣੀ ਕਰਨਗੇ ਬਾਕੀ ਆਵਾਮ ਨਹੀਂ ਇੰਨੀ ਆਈ ਚੱਲੀਏ ਫਿਰ ਆਇਓ ਜਰਾ ਆਪਾਂ ਝੂਟਾ ਝੂਟਾ ਮਾਰੀ ਚੱਲ ਕੇ ਬਾਕੀ ਆ ਜਾ ਢੋਲ ਲੈ ਕੇ ਭੰਗੜੇ ਪਾਉਣ ਵਾਸਤੇ ਵੀ ਆ ਗਏ ਨੇ ਉਹ ਪਿੱਛੇ ਹੋਣ ਡੇ ਨੇ ਤੁਹਾਨੂੰ ਨਹੀਂ ਕਿਹਾ ਹੋਰ ਤੁਰ ਗਏ ਡਰ ਕੇ ਤੁਰ ਗਏ ਨੀ ਉਹ ਡਰ ਗਏ ਨੀ ਵਾਸ਼ਰੂਮ ਤੇ ਪਹਿਲਾਂ ਹੀ ਬਣੇ ਨੇ ਮੈਂ ਸੋਚਣਾ ਟਿਕਟ ਨਾ ਲਾ ਲਈਏ ਅੱਗੇ ਬਹਿ ਕੇ ਸਹੀ ਗੱਲ ਨੀ ਉਹ ਇੰਨੇ ਸਹੀ ਲੱਗਣਾ ਯਾ ਮਸ਼ ਕੀ ਹਾਲ ਤੂੰ ਨਾਲੇ ਇੰਨਾ ਫੇਮਸ ਹੈ ਤੇਜ਼ ਅੱਬੇ ਦਾ ਸ਼ਾਟ ਮੈਨੂੰ ਕੀ ਚੱਲਿਆ ਭਾਈ ਯਾਰ ਨਿੱਕੀ ਜੀ ਮਾਸ਼ਾਅੱਲਾ ਭਾਰੀ ਜੀ ਕੁੜੀ ਵੀ ਮੇਲਾ ਵੇਖਣ ਆਈ ਹੈ ਨਹੀਂ ਬਣ ਰਹੀ ਹੈ ਮਾਸ਼ਾਅੱਲਾ ਤੁਹਾਡੀ ਕੁੜੀ ਹੈ ਅੰਮਾ ਤੇ ਗਈ ਹੈ ਸੋਹਣੀ ਹੈ ਆਹਾ ਭਾਈ ਹੁਣ ਤੁਸੀਂ ਗਲੀ ਚੈੱਕ ਕਰੋ ਅੱਗੇ ਤੁਹਾਨੂੰ ਮੈਂ ਦੁਕਾਨਾਂ ਵਿੱਚ ਬਾਹਰ ਵੜ ਕੇ ਵਾਹ ਹੁਣ ਤੁਸੀਂ ਹਾਂਜੀ ਚੈੱਕ ਕਰੋ ਤੇਰਾ ਮਾਹੌਲ ਦੁਕਾਨਾਂ ਤੇ ਖਿਡੌਣਿਆਂ ਦੇ ਸਹੀ ਇੱਧਰ ਲੱਗਣ ਡਈ ਜਾਣ ਇੱਧਰ ਮੈਂ ਵੇਖਿਆ ਹੀ ਨਹੀਂ ਇਹ ਮੇਲਾ ਸਟਾਰਟ ਹੋਣ ਡਿਆ 10 ਵਜੇ ਨੇ ਸਵੇਰ ਦੇ 10-11 ਵਜੇ ਨੇ ਜੇ ਹੋ ਜੇ ਫਿਰ ਇੱਕ ਝੂਟਾ ਹੋ ਜੇ ਆ ਜਾਓ ਮੈਂ ਕਹਿੰਦਾ ਕਿਹਦੇ ਤੇ ਉੜਾ ਵਾਲਾ ਪਹਿਲਾਂ ਕਸ਼ਤੀ ਤੇ ਝੂਟਾ ਲਈਏ ਕਸ਼ਤੀ ਤੇ ਲੈਨੇ ਆ ਜਾਓ ਜੀ ਵੇਖੀ ਜਾਏ ਫਿਰ ਲਾ ਵੀ ਇੱਧਰ ਇੱਕ ਹੋਰ ਘੋਰਿਆਂ ਵਾਲਾ ਪੰਗੂੜਾ ਲੱਗਾ ਫੁੱਲ ਜ਼ੋਰਾਂ ਨਾਲ ਘੁੰਮ ਰਿਹਾ ਪੈਸੇ ਜਿਹੜਾ ਮਾਮੂ ਹੋਰ ਦੇਣ ਲੱਗੇ ਜੀ ਮੇਰੇ ਵੀ ਨਾਲ ਇਕੱਠੇ 500 ਦੇ ਦਿੱਤਾ ਜੀ ਸੋਹਣੇ ਵਾਪਸ ਲੈਣੇ ਨੇ ਅੱਛਾ ਤੇ ਠੀਕ ਹੈ ਉਹ ਐਸੇ ਗੱਲ ਸੀ ਨਾ ਪੱਕਾ ਹੋ ਜੇ ਨਹੀਂ ਨਹੀਂ ਉਹਨੇ ਤੁਹਾਨੂੰ ਪਤਾ ਹੈ ਤੇ ਐਡਾ ਚੰਗਾ ਬੰਦਾ ਨਹੀਂ ਕੋਈ ਵੀ ਹੋ ਕੱਢ ਦੇ ਭਾਈ ਆ ਪੈਸੇ ਦੇ ਦਿੱਤੇ ਜੇ ਪੰਗੂੜੇ ਦੇ ਕਸ਼ਤੀ ਤੇ ਹੁਣ ਚੱਲੀਏ ਜ਼ਰਾ ਮਾਇਕ ਹੁਣ ਪਿੱਛੇ ਹਟ ਜਾ ਪਿੱਛੇ ਪਿੱਛੇ ਹਟ ਜ਼ਰਾ ਸੋਹਣੇ ਹੋ ਕਿਤੇ ਬੈਗ ਝੂਲਾ ਲੈਣਾ ਵਾਲਾ ਸਵਾਰੀਆਂ ਨਹੀਂ ਪੂਣੀਆਂ ਹੋਈਆਂ ਮਾਮੂਰ ਜਾਂ ਜੀ ਬੈਣ ਨਹੀਂ ਬੱਸ ਦੇ ਵਿੱਚ ਡੈਬੋ 'ਚ ਬੈਠੇ ਨੇ ਚੈੱਕ ਕਰ ਜ਼ਰਾ ਚਲੋ ਕੋਈ ਗੱਲ ਨਹੀਂ ਅੱਜ ਵੇਖੀ ਜਾਏਗੀ ਆ ਫਿਰ ਆ ਜਾਓ ਤੁਸੀਂ ਮਾਮੂਰ ਹੁੰਦਾ ਪਹਿਲਾਂ ਮੂੰਹ ਵੇਖ ਲਓ ਆਵਾਜ਼ ਫਿਰ ਵਹਾਵਾਂਗਾ ਮੈਂ ਕਸ਼ਤੀ ਚੱਲੀ ਹਾਂਜੀ ਲੈ ਦੱਸ ਮੈਂ ਕਿਹੜਾ ਪਹਿਲੀ ਵਾਰ ਲੈਣਾ ਅੱਛਾ ਮੈਂ ਕਈ ਵਾਰ ਕਸ਼ਤੀ ਦੂਰੋਂ ਵੇਖ ਕੇ ਗਿਆ ਓਏ ਲੈ ਬਈ ਫਿਰ ਤਾਂ ਤੁਸੀਂ ਕਾਰੀਗਰ ਹੋਏ ਕਿ ਅੱਲਾ ਫਰ ਬਈ ਭਾਈਆ ਫਿਲਹਾਲ ਇੱਧਰ ਜਿਹੜਾ ਘੋੜਿਆਂ ਵਾਲਾ ਪੰਗੂੜਾ ਫਿਰ ਚੱਲ ਪਿਆ ਜੇ ਦੋ ਪੰਗੂੜੇ ਨੇ ਉਹ ਖਲੋਤਾ ਹੀ ਹੋਈ ਤੇ ਆਹ ਚੱਲਣ ਡਿਆ ਨਵਾਂ ਨਾ ਜੇ
ਤੇ ਬੋਲੋ ਕਿ ਬਹੁਤ ਝੂਟੇ ਲੈਂਦੇ ਨੇ ਉਸ ਇਲਾਵਾ ਅੱਲਾ ਤੁਹਾਡਾ ਭਲਾ ਕਰੇ ਆ ਜੇ ਸਾਹਮਣੇ ਸਮਾਨੇ ਪੂਰਾ ਲੱਗਿਆ ਨਾ ਮੈਂ ਜ਼ਿੰਦਗੀ ਚ ਨੇ ਚ ਬੈਠਾ ਸਹੀ ਗੱਲ ਏ ਉਹ ਮੇਰੇ ਇਹਦੇ ਚ ਰੋਣ ਨਿਕਲਦੇ ਨੇ ਮੇਰੇ ਦਿਲ ਘਟਦਾ ਉਹ ਮੈਂ ਉਹ ਜਦੋਂ ਠਾਣ ਆਉਂਦਾ ਮੇਰਾ ਆਉਂਦਾ ਤੇ ਇਹਦੇ ਚ ਕੀ ਬਣੇਗਾ ਤੇ ਇਹਦੇ ਚ ਮੈਂ ਕਦੀ ਜ਼ਿੰਦਗੀ ਚ ਨਹੀਂ ਬੈਠਾ ਸਹੀ ਗੱਲ ਏ ਲੱਲਾ ਬਹਿਣਾ ਵੀ ਨਾ ਕਿਤੇ ਨਾ ਹੀ ਬਿਠਾਏ ਅੱਲਾ ਉਹ ਬੜਾ ਡਰ ਲੱਗਦਾ ਸਹੀ ਗੱਲ ਏ ਅਸੀਂ ਇਹਦੇ ਚ ਖੁਸ਼ ਹਾਂ ਆਪਣੇ ਵਰਗੀ ਚ ਕੀ ਚੈਨਲ ਸਬਸਕ੍ਰਾਈਬ ਕਰਾਉਣ ਦਿਓ ਲਾ ਮਾਮਾ ਮੇਰਾ ਚੰਗੇ ਸਬਸਕ੍ਰਾਈਬਰ ਵਧਾਉਣ ਦਿਆ ਜੀ चवल शर्मी हर जगह हर जगह चवला मार रहा तू जेब साहब पर सर्च करी मेरा चैनल जेब पिंड ना करी चवल बंदा है तुम चंगे बंदे सबसक्राइब करा चैनल ਨਿਆਣੇ ਭਾਈ ਯਾਰ ਕਸ਼ਤੀ ਜਿਹੜਾ ਸਟਾਰਟ ਹੋ ਗਈ ਜੇ ਮਾਮੂ ਤੁਸੀਂ ਇੱਧਰ ਆਓ ਯਾਰ ਇਸ ਸਾਈਡ ਤੇ ਬਹੁਤ ਰਾ ਤੁਸੀਂ ਇੱਥੇ ਭਾਈ ਜੀ ਤਾਂ ਮਾਮੇ ਨੂੰ ਡਰ ਲੱਗੇ ਨਹੀਂ ਨਹੀਂ ਇੱਥੇ ਬਵੋ ਉਹ ਇਕੱਠੇ ਬੈਨੇ ਆ ਨਾ ਸਾਡੀ ਦੋਵਾਂ ਦੀ ਵੀਡੀਓ ਬਣਾਏ ਇਕੱਠੀ ਬਾਜੋ ਬਾਜੋ ਅਸ ਕਸ਼ਤੀ ਜਿਹੜਾ ਚੱਲ ਗਈ ਜੇ ਹੁਣ ਤੁਸੀਂ ਚੈੱਕ ਕਰੀਏ ਉਹ ਭਾਈ ਆ ਪੂਰੇ ਝੂੜਾ ਨਹੀਂ ਯਾਰ ਟਾੜਾ ਸੀ ਓਏ ਦੋਵੇਂ ਹੋਣ ਦੇ ਨਾ ਵਿੱਚ ਉਹ ਦੱਸਿਆ ਘੁੱਟ ਕੇ ਭਾਈ ਆ ਨਹੀਂ ਉਹ ਭਾਈ ਇਹ ਪੁਝਾੜੀ ਇਹਨੇ ਪਤਾ ਨਹੀਂ ਮੈਨੂੰ ਆਪੇ ਨਹੀਂ ਪਤਾ ਓਏ ਬ੍ਰੇਕ ਲਾਤੀ ਬ੍ਰੇਕ ਲਾਤੀ फोकस रखना वेखी जा भांडा की ला जी भाई कश्ती चल गई है अल्लाह खैर करे आए ला पंजी फिर रन हो रन आए नहीं बड़ा बोतल ता खा रो ਪੰਜਾਹ ਰੁਪਏ ਦਿੱਤੇ ਨੇ ਤੁਸੀਂ ਮੁੱਲ ਨਹੀਂ ਲਏ ਚੱਲ ਲੈ ਜੀ ਥੋੜਾ ਜਿਹਾ ਬ੍ਰੇਕ ਲੈ ਮਾਰੀ ਮੈਨੂੰ ਮਾਸਾ ਨੀ ਡਰ ਲੱਗਦਾ ਸਹੀ ਗੱਲ ਹਾਏ ਲਾ ਜੀ ਹਾਏ ਕਿਸੇ ਦੇ ਪੱਲੀ ਵਿਚਾਰਾਂ ਦਾ ਚੰਗਾ ਮਜ਼ਾ ਆਉਂਦਾ ਜੀ ਉਹ ਮਾਮੇ ਦੇ ਪੱਲੀ ਵਿਚ ਚੜਿਆ ਸਵਾਦ ਆ ਗਿਆ ਕਿਸਮ ਓਏ ਬਈਏ ਫਿਰ ਘੋੜਿਆਂ ਦੇ ਨਹੀਂ ਅੱਗੇ ਤੇ ਨਹੀਂ ਲੜੇ ਆ ਓ ਕੁਛ ਨਹੀਂ ਹੁੰਦਾ ਨਹੀਂ ਮੈਂ ਨਹੀਂ ਬਹਿਣਾ ਹੁਣ ਕੁਛ ਨਹੀਂ ਹੁੰਦਾ ਜੈਪਰ ਜੀ ਰਜੀ ਝੁੰਡਾ ਕੁਛ ਕੁਛ ਹੁੰਦਾ ਉਧਰ ਲੇਦਰ ਓ ਮਗਦਾ ਫਿਰਦਾ ਦਿਲ ਪਤਾ ਨਹੀਂ ਲੱਗਣ ਡਿਆ ਕਿੱਧਰ ਜੈਪਰ ਜੀ ਨਹੀਂ ਹੁਣ ਘੋੜਿਆਂ ਦੇ ਚੱਲਨੇ ਘੋੜੇ ਨਹੀਂ ਆ ਜਾਓ ਘੋੜਾ ਲੇਦਲਾ ਕਰ ਦੇ ਉੱਤੇ ਕੋਈ ਗੱਲ ਨਹੀਂ ਸਹਿਬਾ ਨਾਲ ਹੀ ਇਕੱਠੀ ਕਰ ਲੇਗਾ ਭਾਰ ਬਹੁਤ ਐੜਾ ਹਾਂ ਕੀ ਹੈ ਜੀ ਦਾ ਨਾਂ ਹੈ ਆੜੀ ਦਾ ਨਾਂ ਜੇ ਪਿੰਡੂ
ਵੇਖਤ ਲਈ ਹੁੰਦਾ ਕੀ ਇੱਥੇ ਯਾਰ ਅਸੀਂ ਰੋਜ਼ ਉੱਥੇ ਝੂਟੇ ਲੈਨੇ ਆ ਉਹ ਮੁੰਡਾ ਘੋੜੇ ਤੇ ਬਹਿਣਾ ਯਾਰ ਓਏ ਘੋੜਾ ਲੇਟ ਕਰ ਦਿੰਦਾ ਉਹ ਨਹੀਂ ਕੁਝ ਵੀ ਕਰਦਾ ਘੋੜਾ ਮੈਂ ਪੂਰਾ ਯਾਰ ਜੇ ਤੂੰ ਕਹਾਂਗੇ ਸਰ ਮੱਠੀ ਕਰ ਲਈ ਮਿਹਰਬਾਨੀ ਯਾਰ ਨਾ ਕਿ ਮਾਮਾ ਸਾਡਾ ਜਾਂਦਾ ਤੇਰੀ ਮਿਹਰਬਾਨੀ ਜੇ ਤੂੰ ਕਹਾਂਗੇ ਤੇ ਕੰਜ ਕਹਾਂਗੇ ਮੱਠੀ ਕਰ ਲਈ ਮਾਮਾ ਨਾਲ ਇਹਦੇ ਸੁੱਟ ਲਈ ਸਾਡੇ ਮਾਮਾ ਇੱਕੋ ਹੀ ਆ ਓਏ ਸਾਬ ਤੂੰ ਉੱਤਰ ਤਾਂ ਉੱਤਰ ਕੇ ਵੀਡੀਓ ਬਣਾ ਸਾਡੀ ਵੀਡੀਓ ਬਣਾਈ ਜਾ ਉੱਤਰ ਜਾ ਤੂੰ ਹੀ ਬਹਿ ਉਹ ਮਾਮੀ ਨਾ ਕੋਰੇ ਜਬਾ ਬਹਿ ਬਹਿ ਬੇਗਨ ਮੈਂ ਬਹਿਣਾ ਹਾਏ ਇਧਰ ਤਾਂ ਤੂੰ ਬਹਿ ਭਾਈ ਮੱਠੀ ਮੱਠੀ ਰੱਖੀ ਜਰਾ 10 ਵੰਦ ਲੈ ਨਹੀਂ ਦਿਮਾਗ ਮਾਨ ਚਲਾਈ ਉਹ ਅਸੀਂ ਵੀਡੀਓ ਬਣਾਣੀ ਬਸ ਅਸੀਂ ਕਦੀ ਬੈਠੇ ਨਹੀਂ ਕਿ ਸਾਡਾ ਇੱਕ ਤਾਂ ਭੁੱਗ ਗਿਆ ਨਾ ਤੇਰੇ ਤੂੰ ਮੈਂ ਪਹਿਲਾਂ ਹੀ ਪਹਿਲਾਂ ਦੱਸ ਦਈਏ ਅੱਲਾਹ ਅਕਬਰ ਅੱਲਾਹ ਸੋਹਣਾ ਪਹਿਲੀ ਵਾਰੀ ਮੈਂ ਕੋਲੇ ਬismillah ਰਹਿਮਾਨ ਰਹਿਮ ਸੁਭਾਨ ਅੱਲਾਹ ਜੀ ਸਖਰ ਅੱਲਾਹ ਨਾ ਹਾਜ਼ਾ ਮਕ ਨਾ ਲਾਹ ਮਕ ਰੇਨ ਮੈਂ ਨਾ ਰੱਬ ਨਾ ਲਾਮਨ ਕਾਲੇ ਬੁਲ ਲਾ ਇਲਾਹ ਇਲਾ ਅੱਲਾਹ ਮੁਹੰਮਦ ਰਸੂਲ ਅੱਲਾਹ ਭਾਈ ਆ ਮੈਂ ਪਹਿਲੀ ਵਾਰੀ ਬੈਠਾ ਕੋਲੇ ਤੇ ਬਲਕਿ ਮੈਂ ਖਿਆਲ ਕਰੇ ਮੈਂ ਲੱਤਾਂ ਨੂੰ ਕੜਿੱਕੀ ਪਾ ਲਈਓ ਮੈਂ ਕਿਹਾ ਹੁਣ ਇਹਨੂੰ ਛੱਡਣਾ ਨਹੀਂਗਾ ਆਏ ਨਜ਼ਾਰੇ ਭਾਈ ਮਜ਼ਾ ਹੋ ਗਿਆ ਜੀ ਵੈਸੇ ਮਠਾ ਮਠਾ ਨਹੀਂ ਡਰ ਵੀ ਲੱਗਣ ਦਿਆ ਡਰ ਵੀ ਲੱਗਣਾ ਮਜ਼ਾ ਵੀ ਹੋ ਗਿਆ ਓਏ ਆ ਮਾ ਉਹਨਾਂ ਨੇ ਉਹ ਮੇਰਾ ਹੱਥ ਮੋਬਾਈਲ ਹੀ ਭਾਈ ਮੱਠੀ ਦਾ ਹੀ ਮੋਬਾਈਲ ਡੇਗ ਪੈਣਾ ਜੀ ਆਏ ਅੱਲਾ ਜੀ ਆਏ ਅੱਲਾ ਜੀ ਆਪਣਾ ਯੋਗ ਅੰਦਾਲ ਨਾ ਮੱਚ ਭਾਈ ਜੇ ਮੈਂ ਕਿਤੇ ਉਹ ਜੇ ਮੈਂ ਸਿੱਧਾ ਸਿੱਧਾ ਰੱਬ ਦਾ ਆਪ ਤੂੰ ਲੈ ਆ ਉਹ ਮੋਟੇ ਤੇਲ ਨੇ ਓਏ ਉਹ ਅੱਲਾ ਦੇ ਆ ਬੰਦਿਆ ਮੇਰਾ ਤਾਂ ਤਰਾ ਨਿਕਲ ਗਿਆ ਓਏ ਨਹੀਂ ਮੈਂ ਹਾਏ ਉਹ ਖਲੋ ਜਾ ਆਏ ਖਲੋ ਜਾ ਖਲੋ ਆਏ ਹਾਏ ਹਾਏ ਉਹ ਮੈਂ ਬਚ ਗਿਆ ਓਏ ਚੱਕਰ ਆ ਕਰ ਪੈਸੇ ਆਪ ਹੀ ਦਵੋ ਆ ਰਹੀ ਕੀ ਹਾਲ ਭਈਆ ਠੀਕ ਹੋ ਠੀਕ ਤੁਸੀਂ ਸੁਣਾਓ ਅੱਲਾ ਸ਼ੁਕਰ ਤੇ ਸੁਣਾਓ ਮਿਲਾ ਵੇਖਣ ਆਏ ਹਾਂ ਤੇ ਕਾਡੀ ਵੀਡੀਓ ਵੇਖਣਾ ਮਜ਼ਾ ਆਉਂਦਾ ਹਾਂਜੀ ਭਾਇਆ ਮਾ ਮੋਰਾ ਜਰਾ ਪੈਸੇ ਦਿੱਤੇ ਜੇ ਚੱਕਰ ਪੈਸੇ ਵੀ ਤੇ ਚੱਕਰ ਵੀ ਨਹੀਂ ਕੋ ਪਹਿਲਾਂ ਨਹੀਂ ਚੱਕਰ ਚਰੇ ਹੁਣ ਚੜ ਗਏ ਨੇ ਚੜੇ ਭਾਈ ਯਾਰ ਘੋੜੇ ਤੇ ਬਹਿਣਾ ਤੈਨੂੰ ਨਹੀਂ ਬਹੁਤਾ ਮਜ਼ਾ ਆਇਆ ਡਰ ਵੀ ਨਹੀਂ ਨਾ ਲੱਗਾ ਐਵੇਂ ਹੀ ਗੱਲਾਂ ਹੀ ਬਣ ਜਾਂਦਾ ਰਾਲੀਆਂ ਇਹਦੇ 'ਚ ਸਹੀ ਮਜ਼ਾ ਆਉਂਦਾ ਰੋਲਾ ਪਾਉਣ ਦਾ ਉਹ ਇਹਦੇ ਚੜੀਏ ਮਾਮਾ ਜੀ ਆਓ ਤੂੰ ਤੂੰ ਨਹੀਂ ਘੁੰਮਣੀ ਉਹ ਥੱਲੇ ਥੱਲੇ ਘੁੰਮੇ ਉਹ ਵੀਡੀਓ ਬਣਾਉਣੀ ਮਜ਼ਾ ਆਏਗਾ ਵਾਪਸ ਲਿਆ ਭਾਈ ਆ ਝੂਲੇ ਛੂਲੇ ਲੈ ਕੇ ਅਸੀਂ ਦਰਬਾਰ ਚ ਆਏ ਆ ਕੋਈ ਲੰਗਰ ਪਾਣੀ ਖਾਣ ਆਏ ਆ ਘਰੋਂ ਵੀ ਖਾਧਾ ਪਰ ਇੱਥੇ ਬੜਾ ਸਵਾਦ ਹੁੰਦਾ ਨਾ ਇਕੱਠੇ ਰਲ ਕੇ ਖਾਈਏ ਹੈ ਨਾ ਕੀ ਯਾਦ ਚਵਲ ਜੀ ਕੀ ਗੱਲ ਹੈ ਮੈਨੂੰ ਥਾਲੀ ਕਿਤੇ ਲਈ ਆ ਦਹੀਂ ਮੈਨੂੰ ਵੀ ਥਾਲੀ ਜਿਹੜਾ ਬਣਾਇਆ ਭਾਈ ਆ ਲੰਗਰ ਵਿੱਚ ਅੱਜ ਚਣੇ ਵਾਲੇ ਚੌਲ ਖਾਣ ਲੱਗੇ ਜੀ ਅਸੀਂ ਬਾਕੀ ਹੋਰ ਬੜਾ ਕੁਝ ਪਕੜਨੇ ਤੇ ਧਾਰ ਦੇ ਰਿਆ ਅੱਜ ਪਰੋਣੇ ਆ ਜਾ ਪਤਾ ਨਹੀਂ ਕਿਦਾਂ ਦਾ ਖਾਦਾ ਆ ਜੀ ਆ ਜੁੱਤੀ ਚੰਗੀ ਆਪਾਂ ਮਸ਼ਾ ਚ ਚੁੱਕਾਂਗੇ ਜੋ ਮਿਲ ਜਾ ਇੱਥੋਂ ਮਹਿੰਗੀ ਪੈਣੀ ਬਾਦਸ਼ਾਹ ਮੁਰਸ਼ਦਾ ਅੱਛਾ ਆਖਦੇ ਸਾਜਨ ਮਿੱਠੇ ਚੌਲ ਖਾਣ ਡੇ ਨੇ ਇਹ ਹੱਥ ਤੇਰੇ ਕਾ ਤੇਰੇ ਤੁਸੀਂ ਲੁੱਡੀ 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 ਆਹ ਆਹ ਆਹ
ਬ੍ਰੇਕ ਲੱਗਣ ਦੀ ਭਾਈ ਆ ਆਇਆ ਹੋ ਜਾਣਾ ਕਸ਼ਤੀ ਵਿੱਚ ਝੁਟਾੜਾ ਲੱਗਾ ਆ ਭਾਈ ਸਮੋਤਰੀ ਵੀ ਆ ਗਏ ਨੇ ਤੇ ਬਾਕੀ ਜਿਹੜੀ ਬੁੜਖਿਆਲੀ ਵੀਡੀਓ ਰੋ ਬਣਾ ਲਈਓ ਤੇ ਜ਼ਰੂਰ ਵੇਖਿਓ ਉਹ ਬੜੀ ਮਜ਼ੇਦਾਰ ਵੀਡੀਓ ਬਣੀ ਹੈ ਤੇ ਜ਼ਰੂਰ ਵੇਖਿਓ ਭਾਈ ਅੱਜ ਨੇ ਸਬਸਕ੍ਰਾਈਬ ਕੀਤਾ ਜਲਦੀ ਕਰ ਲਓ ਫਿਰ ਮੈਂ ਕੱਲ ਇਨਸ਼ਾਅੱਲਾ ਅਪਲੋਡ ਕਰਾਂਗਾ ਐਡ ਵਗੈਰਾ ਕਰਕੇ ਨਾ ਫਿਰ ਆ ਜਿਹੜਾ ਝੁਟਾੜਾ ਲੱਗਾ ਆ ਮੁੰਡੇ ਤੇ ਇਕੱਠੇ ਹੋ ਗਏ ਭਾਈ ਜਾ ਇਹਨਾਂ ਸਾਰਾ ਝੁਟਾ ਜਰਨਾ ਮੈਂ ਲੈ ਕੇ ਦੇਣ ਲੱਗਾ ਵਾਂ ਆ ਲਓ ਭਾਈ ਆ ਅਗੇ ਲਿਓ ਕਿਤੇ ਵੱਧ ਨਾ ਆ ਗਏ ਹੋਣ ਠੀਕ ਹੈ ਜੀ ਚਲੋ ਜੀ ਮੋਜਾ ਕਰੋ ਮੇਰੇ ਹੁੰਦੇ ਮੋਜਾ ਕਰੋ ਭਰਾ ਦੇ ਹੁੰਦੇ ਜੈਸੀਆਂ ਕਰੋ ਆ ਜਾਓ ਅੱਲਾ ਉਹਦੀ ਕਸ਼ਤੀ ਜਦੀ ਭਰ ਗਿਆ ਤੇ ਕੱਲ ਦਾ ਪਰਸੋਂ ਦੇ ਜਿੰਨੇ ਵੀ ਝੂਟੇ ਲੈ ਰਹੇ ਆ ਸਾਰ ਚੜਾ ਕੇ ਲੈ ਰਹੇ ਬੈਠਾ ਹੈ ਉਹ ਤੂੰ ਇੱਥੋਂ ਹੀ ਲਿਆਣਾ ਹੈ ਟਿਕਾ ਵੀ ਨਹੀਂ ਓਏ ਵਾ ਵਾ ਮਾ ਓਏ ਬਾ ਓ ਨਾਨਾ ਬੁੱਬੇ ਖਾ ਲਾ ਮਾਸੀ ਤਾਈ ਹਾਏ ਮੇਰਾ ਬਹੁਤ ਹੀ ਫਿਕਰ ਉਹਨਾਂ ਨੂੰ ਚੱਲ ਤੁਰ ਗਿਆ ਫਿਕਰ ਕੋਈ ਨੀ ਮੋਟੀਆਂ ਹਾਲਾ ਬੜ ਜਸ ਆ ਗਿਆ ਸਹੀ ਗੱਲ ਸਵਾਦ ਆ ਗਿਆ ਉਸ ਦੇ ਲਈ ਕਿੱਥੇ ਗਿਆ ਆਈਏ ਕਿੱਥੇ ਜੀ ਕਿੱਥੇ ਗਏ ਬਾ ਤੂੰ ਓ ਮੈਂ ਨਹੀਂ ਮੋ ਆ ਜੇ ਸਦੋਏ ਧਿਆਨ ਨਾਲ ਛੱਡ ਲਵਾਈ ਬਾਈ ਤੁਮੇ ਯਾਰ ਤੁਸੀਂ ਵੀ ਕੋ 50 ਤੇ ਉਹ ਯਾਰ ਉਹ 2000 ਮੈਂ ਲਾ ਰਿਹਾ ਹੁਣ ਕਿੰਨੇ ਕੋਲ ਆਵਾਂ ਤੁਹਾਨੂੰ ਸਭ ਕੁਝ ਖਵਾਵਾਂ ਪਿਆਵਾਂ ਵੀ ਹੁਣ ਮੇਰੇ ਕੋਲ 2000 ਹੀ ਬੱਚਾ ਹੋਰ ਮੇਰੇ ਕੋਲ ਨਹੀਂ ਆ ਪੂਰੇ ਉਹਦੇ ਨਾਲ ਲਾ ਕੇ ਦੇਣਾ ਵਾ ਯਾਰ ਮੇਰੀ ਬਾਤ ਵਿੱਚ ਕਲੀਅਰ ਹੋਣੀ ਹੈ ਯਾਰ 2000 ਜੋ ਮੈਨੇ ਦਿਏ ਕਿਹੜੇ ਦਿੱਤੇ ਤਾਂ 20 ਰੁਪਏ ਉੱਤਰ ਜਾਏਗਾ ਤਾਂ ਕਹਿੰਦੇ ਤੇਰੇ ਮੈਂ ਵੀ ਹੁਣ ਕਿੱਥੇ ਚੱਲਣ ਲੱਗਾ ਨਾ ਸੇ ਨੀਬ ਦੀ ਛਾਂ ਦੇ ਨਾਲ ਸੇ ਨਾਲ ਦੇ ਕਿੰਨੇ ਭਰਾ ਦੇ ਚਾਂ ਕੇ ਮਾਰ ਹੁਣ ਚੱਲੀਏ ਘਰ ਨੂੰ ਰੱਜ ਗਿਆ ਫੁੱਲ ਬਸ ਭਾਈ ਆ ਸਾਡੇ ਘਰ ਚ ਵੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਲੱਗਦਾ ਸੀ ਮੇਲੇ ਦਾ ਮਾਸ਼ਾਅੱਲਾ ਕਰਕੇ ਫਿਰ ਵੀ ਆ ਗਿਆ 20 ਰੁਪਏ ਲੱਗੇ ਅੱਲਾ ਦੀ ਮਿਹਰਬਾਨੀ ਤੇ ਰਾਤੀ ਕਿਤੋਂ
جاجي نا الو جان درواو پھر مزہ بھی آئے کوئی نہیں مزہ آئے میری ویڈیو بنائیں گے الو کھا لو واہ کھا لو بہت زیادہ بھائی ہن جلنا جلیبیاں کھوان دیاں میں سارے منڈیاں نو الو کھا لا ہور کھا لا ਪਾ ਯਾਨੇ ਰਾ ਪੈ ਗਿਆ ਤਾਂ ਹੇ ਤੱਕ ਜਰਾ ਉਵੇਂ ਦੇ ਉਵੇਂ ਹੀ ਰਸ਼ ਲੋਕੀ ਉਵੇਂ ਦੇ ਉਵੇਂ ਹੀ ਨੇ ਇੱਥੇ ਤੇ ਫਿਲਹਾਲ ਜਾਣਾ ਅਸੀਂ ਘਾਣ ਚੱਲੇ ਆ ਭਾਈ ਮੋਤਰੀ ਆਏ ਨੇ ਇਹਨਾਂ ਨੂੰ ਕੱਲ ਕੇ ਆਉਨੇ ਆ ਫਿਰ ਦੁਬਾਰਾ ਆ ਜਾਾਂਗੇ ਇਨਸ਼ਾਅੱਲਾ ਫੁੱਲ ਜ਼ੋਰਾਂ ਨਾਲ ਮੇਲਾ ਚੱਲ ਰਿਹਾ ਆਤਕੀ ਭਾਈ ਨਹੀਂ ਤਾਂ ਅੱਗੇ ਪਿੱਛੇ ਆ ਸਟਮ ਮੁੱਕ ਜਾਂਦਾ ਸੀ ਭਾਈ ਆ ਘਰ ਵਾਸਤੇ ਲੈ ਜਾਓ 1.5 ਕਿਲੋ ਮੈਸੂ ਮੁੱਕਣੇ ਹੀ ਨਹੀਂ ਖਾਵਾਂਗੇ ਨਾ ਤੇ ਲਾ ਜੋ ਫਿਰ ਮੈਂ ਆ ਜਾਣਾ ਘਰੀ ਲੁੱਡੀ ਛੁੱਟੀ ਪਾ ਕੇ ਭਾਈ ਆ ਦਰਬਾਰ ਆ ਸਾਰੇ ਲਾਟਾਂ ਲੱਗੀਆਂ ਨੇ ਉਹ ਸਾਹਮਣੇ ਸਾਡਾ ਘਰ ਨਜ਼ਾਰਾ ਚੈੱਕ ਕਰ ਲਓ ਅੱਜ ਹੀ ਹੈ ਫਿਰ ਦੁਬਾਰਾ ਸਾਲ ਬਾਅਦ ਲੱਭ ਲੈਣ ਨਜ਼ਾਰਾ اس ٹائم ٹائم ہے شام دا تسی ایک بار میلا ویکھ لو باقی صبح صبح اٹھ کے تانوں پھر وہاواں گا اہی جگہ بالکل ایتھے ہی کھلو کے جانا تانوں وہاواں گا تسی پھر حال ایک واری ویکھ لو بھی اس ٹائم کی صورت حال صبح کی ہوئے گی ایتھے کھلو کے میں راتی ویڈیو بنائی سی تے ایتھے کھلو کے میں ہن بنائی ہے اکو ہی اتھے دکان رہ گئی ہے سموسے میسوں والی او بھی چکن ڈے نے باقی کوئی دکان نہیں باقی او ایک رکشہ کھلوتا ہے او بھی اج ٹر جائے گا انشاءاللہ بھائی ਇਹ ਵਲੋਗ ਜਿਹੜਾ ਪਰਸੋਂ ਬਣਾਇਆ ਸੀ ਸਾਡੇ ਘਰ ਆਏ ਨੇ ਪ੍ਰਾਹੁਣੇ ਅਤੇ ਉਹ ਫਿਰ ਬੱਚੇ ਜਿਹੜੇ ਨੇ ਆਪਸ 'ਚ ਇੰਨਾ ਘਰੋਲਾ ਪਾਉਂਦੇ ਇੰਨਾ ਅਤੇ ਇਸ ਵਾਰ ਫਿਰ ਕੱਲ੍ਹ ਵੀ ਸਾਡੇ ਵੀਡੀਓ ਨਹੀਂ ਐਡ ਕਰ ਸਕਿਆ ਅੱਜ ਵੀ ਹੁਣ ਕਾਰ ਦੇ ਵਿੱਚ ਬਹਿ ਕੇ ਵੀਡੀਓ ਐਡ ਕੀਤੀ ਹੈ ਨਹੀਂ ਤਾਂ ਰੋਲਾ ਹੀ ਬੜਾ ਹੈ ਅਤੇ ਜੇ ਤੁਹਾਨੂੰ ਇਸ ਵੀਡੀਓ 'ਤੇ ਮਜ਼ਾ ਆਇਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼